ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਰੁੱਖ ਅਤੇ ਧੀਆਂ ਸਾਂਭਣੇ ਚਾਹੀਦੇ ਨੇ, ਪਾਣੀ ਵੀ ਸੰਭਾਲਣਾ ਚਾਹੀਦਾ ਅਤੇ ਰੁੱਖ ਵੀ ਸੰਭਾਲਣੇ ਚਾਹੀਦੇ ਨੇ। ਅੱਜ ਕੱਲ੍ਹ ਬਹੁਤ ਜੋ ਵਾਤਾਵਰਨ ਦੇ ਨਾਲ ਖਿਲਵਾੜ ਹੋ ਰਿਹਾ ਹੈ, ਵਾਤਾਵਰਨ ਦੇ ਨੂੰ ਉਜਾੜਿਆ ਜਾ ਰਿਹਾ ਹੈ, ਰੁੱਖ ਕੱਟੇ ਜਾ ਰਹੇ ਨੇ, ਬਹੁਤ ਵੱਡਾ ਇੱਕ ਉਪਰਾਲਾ ਜੋ ਨੌਜਵਾਨ ਕਰ ਰਹੇ ਨੇ ਕੁਰਾਲੀ ਦੇ। ਅੱਜ ਇਹ ਇੱਕ ਟਰਾਲੀ ਲੈ ਕੇ, ਟਰਾਲੀ ਦੇ ਵਿੱਚ 300-400 ਬੂਟਾ ਲੈ ਕੇ ਇਹ ਸ਼ਹਿਰ ਦੇ ਵਿੱਚ ਲਗਾ ਰਹੇ ਨੇ ਅਤੇ ਨਾਲ ਦੀ ਨਾਲ ਇਹਨਾਂ ਨੇ ਪਾਣੀ ਦਾ ਇੰਤਜ਼ਾਮ ਵੀ ਆਪਣਾ ਹੀ ਕੀਤਾ ਹੋਇਆ ਹੈ। ਇੱਕ ਪਾਣੀ ਦਾ ਟੈਂਕਰ ਇਹਨਾਂ ਨੇ ਨਾਲ ਲਿਆ ਹੋਇਆ ਹੈ। ਸੋ ਬਾਕੀ ਸਮਾਨ ਜੋ ਕਹੀਆਂ ਗੇਂਤੀਆਂ ਸੱਬਲਾਂ ਸਾਰਾ ਕੁਝ ਇਹਨਾਂ ਦੇ ਕੋਲ ਹੈ। ਸੋ ਜਿੱਥੇ ਵੀ ਇਹ ਬੂਟਾ ਲਗਾਉਂਦੇ ਨੇ ਅਤੇ ਪਾਣੀ ਦੇ ਕੇ ਉਸ ਬੂਟੇ ਦੀ ਦੇਖਭਾਲ ਵੀ ਇਹ 2 ਮਹੀਨੇ ਆਪਣੇ ਵੱਲੋਂ ਕਰਨਗੇ। ਸੋ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ, ਬਹੁਤ ਵਧੀਆ ਗੱਲ ਹੈ। ਅਤੇ ਆਓ ਆਪਾਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਇਹ ਜਾਣਕਾਰੀ ਦਿਖਾਉਂਦੇ ਹਾਂ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਤੁਹਾਡਾ? ਸਭ ਤੋਂ ਪਹਿਲਾਂ ਸਭ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਮੇਰਾ ਨਾਮ ਹੈ ਜੀ ਚੇਤਨ ਸ਼ਰਮਾ। ਓਕੇ। ਸੋ ਇਹ ਅੱਜ ਬੂਟੇ ਲਗਾਏ ਜਾ ਰਹੇ ਹੈ, ਇਹ ਨੌਜਵਾਨ ਸਾਰੇ ਰਲ ਕੇ ਤੁਸੀਂ ਲਗਾ ਰਹੇ ਹੋ, ਇਹ ਕਿੰਨੇ ਕੁ ਬੂਟੇ ਲਗਾ ਰਹੇ ਅਤੇ ਕਦੋਂ ਸ਼ੁਰੂ ਕੀਤੇ? ਇਹ ਘੱਟੋ ਘੱਟ ਜੀ ਆਪਣੀ ਪਲੈਨਿੰਗ ਹੈਗੀ ਵੀ 300-400 ਬੂਟਾ ਆਪਾਂ ਜ਼ਰੂਰ ਲਾਈਏ। ਕੋਸ਼ਿਸ਼ ਆਪਣੀ ਜਾ ਰਹੀ ਹੈ, ਸਵੇਰ ਤੋਂ ਆਪਣੇ ਸਾਰੇ ਨਾਲ ਆਪਣੇ ਭਰਾ ਲੱਗੇ ਹੋਏ ਨੇ ਆਪਣਾ ਯੋਗਦਾਨ ਦੇਣ, ਅਤੇ ਬਾਕੀ ਜਿੰਨੇ ਵੀ ਸ਼ਾਮ ਤੱਕ ਲੱਗਣਗੇ ਆਪਾਂ ਪੂਰੇ ਲਾ ਕੇ ਜਾਵਾਂਗੇ। ਵਾਹ ਜੀ। ਸੋ ਹਾਂਜੀ ਵੀਰ ਜੀ, ਇਹ ਬਹੁਤ ਵੱਡਾ ਉਪਰਾਲਾ, ਕਹਿੰਦੇ ਰੁੱਖ ਆਪਾਂ ਸਾਂਭੇ ਨਹੀਂ ਹੈਗੇ, ਸੋ ਵਾਤਾਵਰਨ ਉਜਾੜਤਾ, ਠੀਕ ਹੈ ਜੀ, ਆਪਾਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹਾਂ ਸਾਰੀ, ਅਤੇ ਬਹੁਤ ਵਧੀਆ ਗੱਲ ਹੈ ਇਹ ਜਿਹੜਾ ਅੱਜ ਤੁਸੀਂ ਇਹ ਰੁੱਖ ਲਗਾਉਣ ਲੱਗੇ ਹੋ। ਬਿਲਕੁਲ ਜੀ ਬਿਲਕੁਲ, ਤੁਸੀਂ ਦੇਖੋ ਵੀ ਆਪਾਂ ਜਾਣਦੇ ਹੋਗੇ ਸਾਰੇ ਵੀ ਆਪਣੇ ਜਿਹੜੇ ਵਾਤਾਵਰਨ ਦੇ ਵਿੱਚ ਜਿਹੜੇ ਦਰੱਖਤ ਵਗੈਰਾ ਬਹੁਤ ਘੱਟ ਰਹੇ ਹੈ, ਹੈ ਨਾ, ਜਿੱਥੇ ਵੀ ਆਪਣੀ ਕਲੋਨੀਆਂ ਬਣ ਰਹੀਆਂ ਸਾਰੇ ਆਪਣੀ ਰੁੱਖਾਂ ਨੂੰ ਕੱਟ ਕੇ ਸਾਰੀਆਂ ਉੱਥੇ ਕਲੋਨੀਆਂ ਬਣ ਰਹੀਆਂ,
ਅਤੇ ਅਸੀਂ ਸਭ ਨੇ ਮਤਲਬ ਸੋਚ ਕੇ ਇਹ ਮਤਲਬ ਵਿਚਾਰ ਕੀਤਾ ਹੈ ਵੀ ਮਤਲਬ ਜਿੰਨੇ ਵੀ ਸਾਡੇ ਕੋਲ ਤਾਂ ਕੋਸ਼ਿਸ਼ ਹੋ ਸਕੇ ਵੀ ਅਸੀਂ ਆਪਣੇ ਮਤਲਬ ਪੇੜ ਵੀ ਲਗਾਈਏ। ਸਾਰੀ ਮਤਲਬ ਮੇਰੇ ਸਾਰੇ ਮਤਲਬ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਹਰੇਕ ਭਰਾਵਾਂ ਮਤਲਬ ਆਪਣੇ ਨਾਮ ਦਾ ਇੱਕ ਇੱਕ ਬੂਟਾ ਜ਼ਰੂਰ ਲਾਵੇ, ਚਾਹੇ ਆਪਣੇ ਘਰ ਲਾਵੇ, ਆਪਣੇ ਕਿਤੇ ਖੇਤਾਂ 'ਚ ਲਗਾਵੇ ਜਾਂ ਕਿਤੇ ਆਪਣੇ ਬਾੜੇ 'ਚ ਲਗਾਵੇ, ਪਰ ਮਤਲਬ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਇੱਕ ਇੱਕ ਬੂਟਾ ਜ਼ਰੂਰ ਆਪਣੇ ਨਾਮ ਦਾ ਜ਼ਰੂਰ ਲਗਾਵੇ ਅਤੇ ਸਭ ਨੂੰ ਕਹੇ ਵੀ ਬੂਟਾ ਜ਼ਰੂਰ ਲਗਾਵੇ। ਸੋ ਇੰਨੀ ਗਰਮੀ ਦੇ ਬਾਵਜੂਦ ਵੀ ਤੁਸੀਂ ਟਰਾਲੀ ਦੇ ਵਿੱਚ ਮਤਲਬ ਕਿ ਬੂਟੇ ਵੀ ਲੈ ਕੇ ਆ ਰਹੇ ਹੋ ਅਤੇ ਨਾਲ ਦੀ ਨਾਲ ਤੁਸੀਂ ਪਾਣੀ ਦਾ ਟੈਂਕਰ ਵੀ ਆਪਣਾ ਹੀ ਰੱਖਿਆ ਹੋਇਆ? ਹਾਂਜੀ ਹਾਂਜੀ, ਉਹ ਵੀ ਨਾਲ ਦੀ ਨਾਲ ਆਪਾਂ ਆਪਣਾ ਹੀ ਰੱਖਿਆ ਆਪਾਂ ਨੇ ਜੀ। ਹਾਂਜੀ ਹਾਂਜੀ, ਪਾਣੀ ਵੀ ਕਿਸੇ ਤੋਂ ਮੰਗਣਾ ਨਾ ਪਵੇ, ਆਪਣਾ ਜਿੱਥੇ ਬੂਟਾ ਲਾਉਣਾ ਪਾਣੀ ਵੀ ਸਾਰੀ ਸੈਟਿੰਗ ਅਸੀਂ ਆਪਣੀ ਆਪ ਤਲ ਕੇ ਤਰੀਆਂ ਵੀ ਕਿਸੇ ਨੂੰ ਮਤਲਬ ਖੇਚਲ ਬਹੁਤੀ ਨਾ ਦਈਏ ਵੀ ਸਾਰਾ ਕੁਛ ਅਸੀਂ ਬੰਦੋਬਸਤ ਆਪਣੇ ਸਾਰੇ ਦੋਸਤ ਮਿੱਤਰ ਬਣ ਕੇ ਰਾਲੇ ਸਾਲੇ ਰਲ ਕੇ ਇਕੱਠੇ ਹੋ ਕੇ ਸਭ ਨੇ ਆਪਣਾ ਪ੍ਰਬੰਧ ਖਾਸ ਮਤਲਬ ਸਭ ਨੇ ਇਕੱਠਿਆਂ ਨੇ ਹੋ ਕੇ ਕੀਤਾ ਜੀ। ਹਾਂਜੀ ਓਕੇ, ਹਾਂਜੀ ਥੈਂਕ ਯੂ, ਧੰਨਵਾਦ ਜੀ। ਆਪਣਾ ਸ਼ੁਭ ਨਾਮ ਜੀ? ਮੇਰਾ ਨਾਮ ਅਮਨਵੀਰ ਸਿੰਘ ਹੈ ਜੀ, ਮੈਂ ਖਾਸ ਕਰਾਲੀ ਦਾ ਹੀ ਰਹਿਣ ਵਾਲਾ। ਓਕੇ ਜੀ, ਸੋ ਇਹ ਬਹੁਤ ਵਧੀਆ ਗੱਲ ਹੈ ਜਿਹੜੇ ਬੂਟੇ ਲਗਾ ਰਹੇ ਹੈ ਤੇ ਅੱਜ ਲਗਾ ਰਹੇ ਹੈ, ਅੱਗੇ ਨੂੰ ਵੀ ਮਤਲਬ ਚੱਲਦੀ ਰਹੂਗੀ ਰੀਤ? ਹਾਂਜੀ ਬਿਲਕੁਲ, ਇਹ ਚੱਲਦੀ ਰਹੇਗੀ। ਅਸੀਂ ਪਹਿਲਾਂ ਜੇ ਤੁਹਾਨੂੰ ਪਤਾ ਹੋਗਾ ਜਿਹੜੇ ਖਾਸ ਕਰਾਲੀ ਦੇ ਪਹਿਲਾਂ ਨੇ ਵੀ ਕਰਾਲੀ ਵਿੱਚ ਪਹਿਲਾਂ ਅੰਬਾਂ ਦੇ ਬਹੁਤ ਜ਼ਿਆਦਾ ਬੂਟੇ ਹੁੰਦੇ ਸੀਗੇ, ਬਾਗ ਕਹਿੰਦੇ ਸੀ ਅੰਬਾਂ ਦਾ ਬਾਗ। ਮੈਂ ਇੱਕ ਵਾਰ ਅਖਬਾਰ ਵਿੱਚ ਵੀ ਪੜ੍ਹਿਆ ਸੀ ਵੀ ਕਰਾਲੀ ਵਿੱਚ ਅੰਬਾਂ ਦੇ ਬਹੁਤ ਬਾਗ ਸੀ ਇੱਥੇ ਸਿੰਘਪੁਰੇ ਗਰਾਊਂਡ ਦਾ, ਤਾਂ ਅਸੀਂ ਉਹੀ ਇਨੀਸ਼ੀਏਟਿਵ ਲੈ ਆਏ। ਅਸੀਂ ਉੱਥੇ ਰਨਿੰਗ ਕਰਦੇ ਸੀ, ਉੱਥੇ ਸਿਰਫ ਇੱਕ ਦੋ ਕੁ ਹਾਰਡਲੀ ਇੰਨੇ ਕੁ ਦਰਖਤ ਨੇ ਅੰਬਾਂ ਦੇ, ਤਾਂ ਅਸੀਂ ਸੋਚਦੇ ਵੀ ਹਾਂ ਹੁਣ ਕਰਾਲੀ ਨੂੰ ਮੈਂ ਇੱਕ ਫਿਰ ਹਰਿਆਲੀ ਭਰਾ ਕਰੀਏ ਤਾਂ ਜੋ ਆਪਣਾ ਬਾਰਿਸ਼ ਵਧੀਆ ਰਹੇ, ਉੱਥੇ ਬਜ਼ੁਰਗਾਂ ਵਾਸਤੇ ਬੈਠਣ ਲਈ ਵੀ ਥਾਂ ਹੋਵੇ, ਕਿਤੇ ਕੋਈ ਮਜ਼ਦੂਰ ਵੀਰ ਸਾਡਾ ਕੋਈ ਹੋਰ ਕੰਮ ਕਰ ਰਿਹਾ ਉਹਦੇ ਲਈ ਬੈਠਣ ਲਈ ਛਾਂ ਵਾਲੀ ਹੋਵੇ। ਅਸੀਂ ਕੋਈ ਡੈਕੋਰੇਸ਼ਨ ਵਾਲਾ ਬੂਟਾ ਨਹੀਂ ਲਾ ਰਹੇ ਸੀ, ਫਲਾਂ ਵਾਲੇ, ਔਰ ਜੋ ਸਾਨੂੰ ਛਾਂ ਦਿੰਦੇ ਸੀ ਉਹ ਬੂਟੇ ਲਾ ਰਹੇ ਨੇ। ਹਾਂਜੀ, ਸੋ ਇਹਨਾਂ ਦੇ ਨਾਲ ਆਕਸੀਜਨ ਵੀ ਮਿਲਦੀ ਹੈ, ਆਪਣੀ ਸਿਹਤ ਨੂੰ ਵੀ ਫਰਕ ਪੈਂਦਾ ਅਤੇ ਵਾਤਾਵਰਨ 'ਚ ਵੀ। ਹਾਂਜੀ ਬਿਲਕੁਲ, ਵਾਤਾਵਰਨ ਨੂੰ ਅਸੀਂ ਲਾ ਰਹੇ ਹਾਂ। ਜਦ ਅਸੀਂ ਟੀਜਾ ਲੈ ਕੇ ਚੱਲੇ ਹਾਂ ਵੀ ਅਸੀਂ 300 ਬੂਟਾ ਲਾਵਾਂਗੇ, ਅਤੇ ਸਾਨੂੰ ਦੇਖ ਕੇ ਅਸੀਂ ਆਸਾ ਕਰਦੇ ਹਾਂ ਵੀ ਹੋਰ ਵੀ ਬੰਦੇ ਪ੍ਰੇਰਿਤ ਹੋਣ ਅਤੇ ਸਾਡੇ ਨਾਲ ਜੁੜਨ, ਅਤੇ ਆਪਣੇ ਜਿਵੇਂ ਮੇਰੇ ਦੋਸਤ ਮਿੱਤਰ ਤਰੁਣ ਨੇ ਕਿਹਾ ਵੀ ਆਪਣੇ ਵੱਲੋਂ ਇੱਕ ਇੱਕ ਬੂਟਾ ਲਾਉਣ, ਅਤੇ ਮੈਂ ਚਾਹੁੰਦਾ ਵੀ ਆਪਣੇ ਹਰ ਆਪਣੇ ਪਰਿਵਾਰ ਦੇ ਰੋਜ਼ ਨਹੀਂ ਕੋਈ ਖਾਸ ਮੌਕਾ ਜਿਵੇਂ ਜਨਮ ਦਿਨ ਹੋ ਗਿਆ ਜਾਂ ਆਪਣਾ ਕਿਸੇ ਦਾ ਬਜ਼ੁਰਗ ਦੀ ਕਿਸੇ ਦੀ ਬਰਸੀ ਆ ਗਈ, ਐਵੇਂ ਇੱਕ ਇੱਕ ਬੂਟਾ ਲਾਓ ਅਤੇ ਉਹਨੂੰ ਪਾਲੋ, ਪਾਉਣਾ ਹੀ ਨਹੀਂ, ਲਾਉਣ ਤੋਂ ਬਾਅਦ ਉਹਨੂੰ ਪਾਲੋ, ਉਹਦੀ ਦੇਖਭਾਲ ਕਰੋ, ਰੇਹ ਦਿਓ, ਪਾਣੀ ਲਾਓ, ਸਾਰਾ ਕੁਛ ਕਰੋ ਉਹਦਾ। ਓਕੇ, ਹਾਂਜੀ ਧੰਨਵਾਦ, ਧੰਨਵਾਦ ਜੀ। ਹਾਂਜੀ ਕਾਲਾ ਜੀ, ਬੜੀ ਗਰਮੀ ਪੈ ਰਹੀ ਹੈ, ਗਰਮੀ ਦਾ ਕਾਰਨ ਵੀ ਇਹੀ ਹੈ ਕਿਉਂਕਿ ਅੱਜ ਕੱਲ੍ਹ ਜਿਹੜੇ ਦਰਖਤ ਨੇ ਕੁਦਰਤ ਦੇ ਨਾਲ ਖਿਲਵਾੜ ਹੋ ਰਿਹਾ ਹੈ, ਦਰਖਤ ਰਹੇ ਨਹੀਂ, ਕੱਟੇ ਗਏ ਹੈ ਅਤੇ ਲਗਾਉਂਦੇ ਬਹੁਤ ਘੱਟ ਹੈ। ਸੋ ਤੁਸੀਂ ਅੱਜ ਇਹ ਦਰਖਤ ਲਗਾਉਣ ਦੇ ਮਤਲਬ ਕਿ ਬੂਟੇ ਲਗਾਉਣ ਦਾ ਜੋ ਉਪਰਾਲਾ ਕੀਤਾ ਕੀ ਕਹਿਣਾ? ਦੇਖੋ ਜੀ, ਪਹਿਲਾਂ ਸਤਿ ਸ਼੍ਰੀ ਅਕਾਲ ਸਾਹਿਬ ਨੂੰ ਜੀ। ਠੀਕ ਹੈ, ਇਕੱਲਾ ਅਸੀਂ ਨਹੀਂ ਉਪਰਾਲਾ ਕੀਤਾ, ਸਾਰੇ ਸਾਡੇ ਯਾਰ ਦੋਸਤ ਭਾਈ ਖੜ੍ਹੇ ਨਾਲ। ਠੀਕ ਹੈ ਜੀ, ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਤੁਸੀਂ ਆਪੇ ਦੇਖ ਲਓ ਜੀ, ਮੈਂ ਇੱਕ ਡਰਾਈਵਰ ਹੈ, ਮੈਂ ਕਿਸੇ ਆਪਣੇ ਮਾਲਕ ਨੂੰ ਜੇ ਕਿਤੇ ਲੈ ਕੇ ਜਾਂਦਾ ਹੈ ਤਾਂ ਮਾਲਕ ਤਾਂ ਅੰਦਰ ਵੜ ਜਾਂਦਾ ਹੈ ਜੀ, ਮੈਂ ਧੁੱਪ 'ਚ ਖੜ੍ਹਦਾ, ਮੈਂ ਉਹ ਦਰਖਤ ਰੋਲਦਾ ਹੁੰਦਾ ਵੀ ਅਸੀਂ ਸ਼ਾਮਾਂ 'ਚ ਕਿੱਥੇ ਖੜੀਏ, ਏਸੀ ਅਸੀਂ ਲਾ ਨਹੀਂ ਸਕਦੇ ਕਾਰ 'ਚ। ਬਿਲਕੁਲ ਠੀਕ ਹੈ, ਬਾਹਰ ਖੜ੍ਹੇ ਹੁੰਦੇ ਧੁੱਪਾਂ 'ਚ ਮਰਦੇ ਹੁੰਦੇ, ਉਹ ਦੇਖ ਕੇ ਸਾਨੂੰ ਮਨ 'ਚ ਖਿਆਲ ਆਉਂਦਾ ਹੈ ਵੀ ਯਾਰ ਲੋਕ ਤਾਂ ਬੂਟੇ ਪੱਟ ਰਹੇ ਆ, ਆਉਣ ਵਾਲੀ ਪੀੜ੍ਹੀ ਦਾ ਕਿਆ ਹੋਣਾ ਹੈ, ਘਰ ਘਰ ਏਸੀ ਲੱਗ ਗਏ ਜੀ। ਠੀਕ ਹੈ ਜੀ, ਇਹਦਾ ਏਸੀ ਉਹਨਾਂ ਦੇ ਵਾਸਤੇ ਲੱਗੇ ਜਿਹੜੇ ਘਰ 'ਚ ਬੈਠੇ ਆ, ਜਿਹੜੇ ਵਿਚਾਰੇ ਬਾਹਰ ਮਜ਼ਦੂਰ ਸਾਡੇ ਵਰਗੇ ਡਰਾਈਵਰ ਭਾਈਚਾਰਾ ਹੋਰ ਸਾਰੇ ਕੰਮ ਕਰਦੇ, ਤੁਸੀਂ ਵੀ ਕੰਮ ਕਰਦੇ ਹੀ ਹੈ ਜੀ, ਉਹ ਕਿੱਥੇ ਬੈਠੂਗੇ? ਇਹਨੂੰ ਮੁੱਖ ਰੱਖ ਕੇ ਅਸੀਂ ਤਾਂ ਦਰਖਤਾਂ ਦਾ ਕੰਮ ਸ਼ੁਰੂ ਕੀਤਾ ਹੈ ਜੀ। ਤਰੁਣਵੀਰ ਨੇ ਸਾਡੇ ਨੇ ਬੋਲਿਆ, ਅਮਨ ਨੇ ਬੋਲਿਆ ਵੀ ਇੱਕ ਬੂਟਾ ਲਾਓ, ਚਾਹੇ ਬਰਸੀ 'ਤੇ ਲਾਓ, ਚਾਹੇ ਕਿਸੇ ਵੀ ਜਨਮ ਦਿਨ 'ਤੇ ਯਾਦਗਾਰ ਬਣਾ ਕੇ ਉਹ ਲਾਓ ਜ਼ਰੂਰ, ਹੱਥ ਬੰਨ ਕੇ ਬੇਨਤੀ ਹੈ ਸਭ ਨੂੰ ਵੀ ਜੇ ਤੁਸੀਂ ਜ਼ਿਆਦਾ ਨਹੀਂ ਤਾਂ ਇੱਕ ਬੂਟਾ ਜ਼ਰੂਰ ਲਾਓ ਜੀ।
ਵਾਤਾਵਰਨ ਬਚਾਉਣ ਵਾਸਤੇ, ਅੱਗੇ ਵਾਲੀ ਪੀੜ੍ਹੀ ਨੂੰ ਬਚਾਉਣ ਵਾਸਤੇ। ਠੀਕ ਹੈ ਜੀ, ਬਸ ਇਹੀ ਕਹਿਣਾ ਚਾਹੁੰਦੇ ਵੀ ਬੇਨਤੀ ਹੱਥ ਬੰਨ ਕੇ ਵੀ ਹਰ ਇੱਕ ਬੰਦਾ ਬੂਟਾ ਲਾਓ, ਚਾਹੇ ਜ਼ਿਆਦਾ ਨਹੀਂ ਇੱਕ ਤਾਂ ਇੱਕ ਲਾਓ ਬਸ। ਤੁਹਾਡਾ ਕੀ ਨਾਂ? ਪਵਨਦੀਪ ਸਿੰਘ ਹੈ ਜੀ। ਪਿੰਡ ਕਿਹੜਾ ਤੁਹਾਡਾ? ਪਿੰਡ ਰੁੜਕੀ ਹੀਰਾ ਚੌਂਕੌਰ ਸਾਹਿਬ ਕੋਲ ਜੀ, ਜ਼ਿਲ੍ਹਾ ਰੋਪੜ। ਤੁਸੀਂ ਉੱਥੋਂ ਆਏ ਆ? ਹਾਂਜੀ ਹਾਂਜੀ। ਇੱਥੇ ਕਿਵੇਂ ਆ ਗਏ? ਇੱਥੇ ਜੀ ਮੇਰੇ ਨਾਨਕੇ ਆ ਜੀ। ਕਿੱਥੇ? ਨਿਹੋਲਕੇ। ਨਿਹੋਲਕੇ, ਅੱਛਾ ਤੁਸੀਂ ਨਾਨਕੇ ਛੁੱਟੀਆਂ ਕੱਟਣ ਆਏ ਹੋ ਤੇ ਨਾਲ ਦੀ ਨਾਲ ਇਹ ਕੰਮ ਵੀ ਮਤਲਬ ਕਿ ਸ਼ੁਰੂ ਇਹਨਾਂ ਨੇ ਜੋ ਕੀਤਾ, ਇਹਨਾਂ ਦੇ ਨਾਲ ਤੁਸੀਂ ਇਹ ਸੇਵਾ ਕਰਨ ਲੱਗ ਗਏ? ਹਾਂਜੀ ਹਾਂਜੀ। ਕਿਵੇਂ ਲੱਗਦਾ ਤੁਹਾਨੂੰ ਇਹ? ਬਹੁਤ ਸੋਹਣਾ ਲੱਗਦਾ, ਬਹੁਤ ਵਧੀਆ ਲੱਗਦਾ ਜੀ। ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਬੇਨਤੀ ਹੈ ਜੀ, ਇੱਕ ਬੂਟਾ ਜ਼ਰੂਰ ਲਾਓ ਤੇ ਆਪਾਂ ਨੂੰ ਆਕਸੀਜਨ ਵਾਸਤੇ ਬੂਟਾ ਲਾਉਣਾ ਚਾਹੀਦਾ ਹੈ। ਤੇ ਆਪਾਂ ਨੂੰ ਸਾਰਿਆਂ ਨੂੰ, ਆਪਾਂ ਦੇਖ ਰਹੇ ਹਾਂ ਗਰਮੀ ਦੇ ਵਿੱਚ ਬਹੁਤ ਸਾਰੇ ਪੰਛੀਆਂ ਦਾ ਬਹੁਤ ਬੁਰਾ ਹਾਲ ਹੈ ਅਤੇ ਉਹ ਪੇੜਾਂ ਪਰ ਉਹਨਾਂ ਦਾ ਘਰ ਬਣਾਉਂਦੇ ਹਨ। ਮੇਰੇ ਹੱਥ ਬਣ ਕੇ ਬੇਨਤੀ ਹੈ ਜੀ, ਆਪ ਸਭ ਨੇ ਇੱਕ ਬੂਟਾ ਜ਼ਰੂਰ ਲਾਉਣਾ ਜੀ। ਓਕੇ, ਹਾਂਜੀ। ਸੋ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 7th ਕਲਾਸ 'ਚ ਪੜ੍ਹਦਾ ਜੀ। ਓਕੇ, ਤੁਹਾਨੂੰ ਕੋਈ ਸ਼ੌਕ ਹੋਰ ਕਿਹੜਾ, ਕੋਈ ਖੇਡਣ ਦਾ, ਕੋਈ ਗਾਉਣ ਦਾ ਜਾਂ ਸੰਗੀਤ ਦਾ? ਮੈਨੂੰ ਗਾਉਣ ਦਾ ਜੀ। ਗਾਉਣ ਦਾ ਹੈਗਾ? ਹਾਂਜੀ ਹਾਂਜੀ। ਅੱਛਾ, ਕੋਈ ਗੀਤ ਸੁਣਾ ਦਿਓ ਫਿਰ। ਮੈਂ ਸੁਣਾ ਰਹੀ। ਹਾਂਜੀ। ਨੀ ਮੈਂ ਚਾਦਰ ਕਰਦੀ ਨੀ ਉੱਤੇ ਤੋਤੇ ਪਾਵਾਂ, ਤੋਤੇ ਪਾਵਾਂ, ਤੋਤੇ ਪਾਵਾਂ। ਨੀ ਮੈਂ ਚਾਦਰ ਕਰਦੀ ਨੀ ਉੱਤੇ ਤੋਤੇ ਪਾਵਾਂ, ਜਾਮਣ ਦੀ ਛਾਹੇ ਹਾਂ ਨੀ ਮੈਂ ਪੀੜਾ ਡਾਵਾਂ। ਤੋਤਿਆਂ ਦੀ ਟੁਕੜੀ ਨੀ ਚਿੜੀਆਂ ਦੀ ਚੀ ਚੀ, ਤੋਤਿਆਂ ਦੀ ਟੁਕੜੀ ਨੀ ਚਿੜੀਆਂ ਦੀ ਚੀ ਚੀ। ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ। ਬਸ ਇਹਨਾਂ ਕੀ ਹੁੰਦੇ। ਓਕੇ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਤੁਸੀਂ ਸੁਣੀ ਹੈ ਸਾਰੀ ਜਾਣਕਾਰੀ ਜੋ ਇਹ ਨੌਜਵਾਨਾਂ ਦੇ ਵੱਲੋਂ ਬੂਟੇ ਲਗਾਏ ਜਾ ਰਹੇ ਨੇ, ਇੱਕ ਬਹੁਤ ਵੱਡਾ ਉਪਰਾਲਾ। ਸੋ ਇਹ ਛੋਟੇ ਬੱਚੇ ਨੇ ਇੱਕ ਗੀਤ ਜੋ ਸੁਣਾਇਆ, ਇਹਦੇ ਵਿੱਚ ਤੁਸੀਂ ਇੱਕ ਲਾਈਨ ਸੁਣੀ ਹੈ, ਕਹਿੰਦੀ ਹੈ ਕਿ ਮੈਂ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਦਰਖਤ ਬਹੁਤ ਹੁੰਦੇ ਸੀ, ਜਦੋਂ ਵੀ ਕਿਸੇ ਨੇ ਕੋਈ ਕੰਮ ਕੱਢਣਾ, ਕੋਈ ਕੁੜੀਆਂ ਚਿੜੀਆਂ ਨੇ ਕਸੀਦੇ ਕੱਢਣੇ ਹੈ, ਚਰਖੇ ਕੱਤਣੇ ਹੈ, ਤਾਂ ਉਹ ਦਰਖਤਾਂ ਦੇ ਥੱਲੇ ਬੈਠ ਕੇ ਹੀ ਕੱਢੇ ਜਾਂਦੇ ਸੀ। ਸੋ ਸਾਡੀ ਇਹ ਅਪੀਲ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਇੱਕ ਇੱਕ ਬੂਟਾ ਜ਼ਰੂਰ ਲਗਾਓ, ਖੁਸ਼ੀ ਦੇ ਮੌਕੇ, ਕੋਈ ਜਨਮਦਿਨ ਦੇ ਮੌਕੇ, ਕੋਈ ਐਨਿਵਰਸਰੀ ਦੇ ਮੌਕੇ, ਜੇ ਇੱਕ ਇੱਕ ਬੂਟਾ ਵੀ ਹਰ ਬੰਦਾ ਲਗਾਉਣ ਲੱਗਿਆ ਤਾਂ ਸਾਨੂੰ ਵਾਤਾਵਰਨ ਦੇ ਵਿੱਚ ਕੋਈ ਕਮੀ ਨਹੀਂ ਆਏਗੀ। ਧੰਨਵਾਦ।